ਦੋ ਵਿਧਾਨ ਸਭਾ ਸੂਬਿਆਂ ਦੇ ਵਿੱਚ ਚੋਣਾਂ ਹੋਈਆਂ, ਉਹਨਾਂ ਜਿਹੜੇ ਨਤੀਜੇ ਹੈ ਉਹ ਫਰਕ ਕੀ ਪਾਉਣਗੇ ਦੇਸ਼ ਦੀ ਸਿਆਸਤ ਉੱਤੇ, ਜਾਂ ਗੁਆਂਢੀ ਸੂਬਾ ਜਿਵੇਂ ਲੱਗਦਾ ਨਾਲ ਆਪਣੇ ਹਰਿਆਣਾ ਪੰਜਾਬ ਦੀ ਸਿਆਸਤ ਦੇ ਉੱਤੇ, ਜਿਵੇਂ ਬਾਰਡਰ ਖੁੱਲ੍ਹਣ ਦੀ ਵੀ ਗੱਲ ਇਹਦੇ ਨਾਲ ਜੁੜੀ ਹੋਈ ਸੀ। ਹਰਿਆਣੇ ਦੀ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ, ਜਿਹੜੀ ਇਹ ਪੜਚੋਲ ਹੈ ਇਹਨੂੰ ਕਿਵੇਂ ਦੇਖਿਆ ਜਾਵੇ, ਸਮੀਕਰਨ ਇੱਕਦਮ ਕਿਵੇਂ ਬਦਲ ਜਾਂਦੇ ਆ ਉੱਥੇ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਬੀਜੇਪੀ ਨੂੰ ਪਤਾ ਸੀ ਕਿ ਇਸ ਵਾਰ ਅਸੀਂ ਬੁਰੀ ਤਰ੍ਹਾਂ ਹਾਰ ਰਹੇ, ਇਸੇ ਕਰਕੇ ਉਹਨਾਂ ਨੇ ਪਹਿਲਾਂ ਹੀ, ਕਿਉਂਕਿ 10 ਸਾਲ ਦੀ ਜਿਹੜੀ ਐਂਟੀ ਇਨਕੰਬੈਂਸੀ ਬਹੁਤ ਜ਼ਿਆਦਾ ਹੁੰਦੀ ਹੈ, ਲੋਕ ਸਰਕਾਰਾਂ ਨੂੰ ਨਫ਼ਰਤ ਕਰਨ ਲੱਗ ਪੈਂਦੇ ਨੇ, ਕਿਉਂਕਿ ਸਰਕਾਰਾਂ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰਦੀ। ਹਰਿਆਣਾ ਦਾ ਜਵਾਨ ਨਿਰਾਸ਼, ਕਿਸਾਨ ਨਿਰਾਸ਼, ਸਾਰੇ ਲੋਕ ਨਿਰਾਸ਼ ਸਨ, ਇਸ ਦੇ ਬਾਵਜੂਦ ਵੀ ਬੀਜੇਪੀ ਜਿੱਤ ਗਈ ਹੈ। ਵਜ੍ਹਾ ਕਿ ਉੱਥੇ ਪਿਛਲੇ 1 ਸਾਲ ਦੇ ਵਿੱਚ ਜਿਹੜਾ ਬਲਾਤਕਾਰੀ ਬਾਬਾ ਉਹਨੂੰ ਇਹਨਾਂ ਨੇ 270 ਦਿਨ ਵਾਸਤੇ ਪਰੋਲ ਦਿੱਤੀ ਆ, ਵੋਟਾਂ ਤੋਂ 4 ਦਿਨ ਪਹਿਲਾਂ ਉਹਨੂੰ ਫਿਰ ਪਰੋਲ ਦਿੱਤੀ ਗਈ ਹੈਗੀ ਆ, ਉਹਨੂੰ ਛੁੱਟੀ ਦਿੱਤੀ ਗਈ ਆ, ਅਪੀਲ ਕੀਤੀ ਗਈ ਉਸ ਡੇਰੇ ਵੱਲੋਂ, ਅਤੇ ਉਹ ਵੀ ਬੀਜੇਪੀ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਨੇ। ਇਹ ਚਾਹੇ ਅਪੀਲ ਗੁੱਝੀ ਦਿੱਤੀ ਹੋਵੇ, ਚਾਹੇ ਮੂੰਹ ਜ਼ਬਾਨੀ ਦਿੱਤੀ ਹੋਵੇ, ਡੇਰੇ ਨੇ ਬੀਜੇਪੀ ਨੂੰ ਵੋਟਾਂ ਪਾਈਆਂ। ਉਸ ਕਾਰਨ ਜਿਹੜੀ ਆ ਬੀਜੇਪੀ ਦੀ ਲਗਾਤਾਰ ਜਿਹੜੀ ਆ ਸਰਕਾਰ ਜਿਹੜੀ ਆ ਤੀਜੀ ਵਾਰ ਬਣ ਚੁੱਕੀ। ਹਰਿਆਣਾ 57 ਸਾਲ ਦਾ ਹੋ ਚੁੱਕਾ, 57 ਸਾਲਾਂ ਦੇ ਇਤਿਹਾਸ ਦੇ ਵਿੱਚ ਹਰਿਆਣੇ ਦੇ ਵਿੱਚ ਰਿਕਾਰਡ ਬਣ ਚੁੱਕਾ ਕਿ ਕੋਈ ਪਾਰਟੀ ਦੀ ਤੀਜੀ ਵਾਰ ਸਰਕਾਰ ਬਣਦੀ ਆ, ਹੈਟ੍ਰਿਕ ਬਣਦੀ ਆ, ਉਹ ਭਾਰਤੀ ਜਨਤਾ ਪਾਰਟੀ ਦੀ ਬਣਦੀ ਹੈਗੀ ਆ। ਬਹੁਤ ਸਾਰੇ ਫੈਕਟਰ ਸੀ ਜਿਹੜੇ ਬੀਜੇਪੀ ਦੇ ਉਲਟ ਸੀ, ਕਿਸਾਨ ਉਲਟ ਸੀ, ਮਜ਼ਦੂਰ ਉਲਟ ਸੀ, ਔਰਤਾਂ ਉਲਟ ਸਨ, ਜਵਾਨ ਉੱਥੋਂ ਦਾ ਉਲਟ ਸੀ, ਬੇਰੁਜ਼ਗਾਰ ਉਲਟ ਸੀ, ਇਸ ਦੇ ਬਾਵਜੂਦ ਸਰਕਾਰ ਬਣਾਉਣੇ। ਵਿਰੋਧ ਇੰਨਾ ਜ਼ਿਆਦਾ ਹੋ ਗਿਆ, ਹਰਿਆਣਾ ਨੇ ਬੀਜੇਪੀ ਨੇ ਮਨੋਹਰ ਖੱਟਰ ਨੂੰ ਲਾ ਕੇ ਨੈਬ ਸੈਣੀ ਨੂੰ ਮੁੱਖ ਮੰਤਰੀ ਬਣਾ ਦਿੱਤਾ, ਕਿਉਂਕਿ ਲੋਕ ਮਨੋਹਰ ਲਾਲ ਖੱਟਰ ਨੂੰ ਵੀ ਨਫ਼ਰਤ ਕਰਨ ਲੱਗ ਪਏ ਕਿ ਇਹ ਹਰਿਆਣਾ ਦੀ ਗੱਲ ਨਹੀਂ ਕਰਦਾ ਹੈਗਾ। ਇਸ ਦੇ ਬਾਵਜੂਦ ਬੀਜੇਪੀ ਨੇ ਤਜਰਬਾ ਕੀਤਾ, ਉਹ ਬੀਜੇਪੀ ਦਾ ਤਜਰਬਾ ਹਿੱਟ ਹੋਇਆ। ਦੂਜੀ ਗੱਲ ਹੈ ਕਿ ਕਾਂਗਰਸ ਪਾਰਟੀ ਦੀ ਜਿਹੜੀ ਆਪਸੀ ਜਿਹੜੀ ਕਲੇਸ਼ ਆ ਨਾ ਉਹ ਮਰਵਾਈ। ਇੱਕ ਤਾਂ ਹਰਿਆਣਾ ਦੇ ਵਿੱਚ 10 ਸਾਲ ਤੋਂ ਬੀਜੇਪੀ ਦੀ ਸਰਕਾਰ ਸੀ, ਬੀਜੇਪੀ ਪਿਛਲੇ ਜਿਹੜੇ ਭੁਪਿੰਦਰ ਸਿੰਘ ਹੁੱਡਾ ਦੇ 10 ਸਾਲ ਸੀ, 2005 ਤੋਂ ਲੈ ਕੇ ਅਤੇ 5 ਤੋਂ ਲੈ ਕੇ ਫਿਰ 10 ਤੋਂ ਲੈ ਕੇ 15 ਤੱਕ, 14 ਉਹਨੇ ਪਹਿਲਾਂ ਇਲੈਕਸ਼ਨ ਕਰਵਾ ਲਈ ਸੀ। ਉਹ ਪਿਛਲੇ ਹੁੱਡਾ ਸਰਕਾਰ ਵੇਲੇ ਕਹਿੰਦੇ ਕਿ ਹੁੱਡਾ ਸਰਕਾਰ ਨੇ ਬੜੇ ਪਾਪ ਕੀਤੇ 10 ਸਾਲ, ਜਿਵੇਂ ਸੈਂਟਰ ਸਰਕਾਰ ਅੱਜ ਵੀ ਡਾਕਟਰ ਮਨਮੋਹਨ ਸਿੰਘ, ਇੰਦਰਾ ਗਾਂਧੀ, ਜਵਾਹਰਲਾਲ ਨਹਿਰੂ ਨੂੰ ਨਿੰਦਦੀ ਰਹਿੰਦੀ ਆ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪਿਛਲੇ 70 ਸਾਲਾਂ ਤੋਂ ਸਰਕਾਰਾਂ ਨੂੰ ਨਿੰਦਦੇ ਆ ਰਹੇ ਨੇ, ਅਤੇ ਹਰਿਆਣਾ ਦੇ ਵਿੱਚ ਬੀਜੇਪੀ ਦੀ ਪਿਛਲੇ 10 ਸਾਲਾਂ ਤੋਂ ਲਗਾਤਾਰ ਸਰਕਾਰ ਸੀ, ਆਪਣੇ 10 ਸਾਲ ਛੱਡ ਕੇ ਆਪਣੇ 10 ਸਾਲ ਦੇ ਵਿਕਾਸ ਦੇ ਕੰਮ ਨਹੀਂ ਗਿਣਾਏ, ਪਿਛਲੇ 10 ਸਾਲ ਦੇ ਜਿਹੜੇ ਹਰਿਆਣਾ ਸਰਕਾਰ ਦੇ ਵਿੱਚ ਕੋਈ ਗਵਣੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਲੋਕਾਂ ਨੇ ਰਿਜੈਕਟ ਕੀਤਾ, ਫਿਰ ਇਹਨਾਂ ਨੇ ਜਾ ਕੇ ਸੋਚਿਆ ਕਿ ਸਾਡਾ ਇਹ ਵੀ ਜਿਹੜਾ ਫੰਡਾ ਵਾ ਕਾਮਯਾਬ ਨਹੀਂ ਹੋਇਆ, ਅਤੇ ਫਿਰ ਡੇਰਾ ਸੱਚਾ ਸੌਦਾ ਨੂੰ ਉਹਨਾਂ ਨੇ ਬਾਹਰ ਕੱਢਿਆ ਗਿਆ, ਅਤੇ ਡੇਰੇ ਦੇ ਪ੍ਰੇਮੀ ਜਿਹੜੇ ਆ ਵੋਟਾਂ ਪਾ ਗਏ। ਹਰਿਆਣੇ ਦੇ ਵਿੱਚ ਯੂਪੀ ਦੇ ਵਿੱਚ, ਹਿਮਾਚਲ ਦੇ ਵਿੱਚ, ਗੁਜਰਾਤ ਦੇ ਵਿੱਚ, ਰਾਜਸਥਾਨ ਦੇ ਵਿੱਚ ਇਹ ਜਿਹੜੇ ਡੇਰਾ ਪ੍ਰੇਮੀ ਆ ਇਹ ਬੀਜੇਪੀ ਨੂੰ ਵੋਟਾਂ ਪਾਉਂਦੇ ਹੈਗੇ ਨੇ। ਪੰਜਾਬ ਦੇ ਵਿੱਚ ਇਹਦੇ ਡੇਰੇ ਦੀ ਕੋਈ ਵਕਤ ਨਹੀਂ, ਔਕਾਤ ਨਹੀਂ ਹੈਗੀ, ਇੱਥੇ ਪੰਜਾਬ ਦੇ ਲੋਕ ਇਹਨਾਂ ਨੂੰ ਨਫ਼ਰਤ ਕਰਦੇ। ਪੋਲੀਟੀਕਲ ਪਾਰਟੀਆਂ, ਜਿਸ ਜਿਸ ਪੋਲੀਟੀਕਲ ਪਾਰਟੀ ਨੇ ਇਸ ਡੇਰੇ ਦੀ ਹਮਾਇਤ ਲਈ ਆ, ਉਹਦਾ ਲੋਕਾਂ ਨੇ ਧੂੰਆਂ ਕੱਢ ਦਿੱਤਾ ਹੈਗਾ। ਕਾਂਗਰਸ ਨੇ ਹਮਾਇਤ ਲਈ ਲੋਕਾਂ ਨੇ ਧੂੰਆਂ ਕੱਢਤਾ, ਅਕਾਲੀਆਂ ਨੇ ਲਈ ਸੀ ਧੂੰਆਂ ਕੱਢਦਾ, ਔਰ ਅਕਾਲੀ ਅੱਜ ਕੱਲ੍ਹ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਹੈਗੇ ਨੇ। ਅਜਿਹੀ ਸਥਿਤੀ ਦੇ ਵਿੱਚ ਇੱਕ ਤਾਂ ਬਹੁਤ ਵੱਡਾ ਫੈਕਟਰ ਇਹ ਸੀ, ਦੂਜਾ ਜਿਹੜਾ ਸਭ ਤੋਂ ਵੱਡਾ ਫੈਕਟਰ ਹੈ ਵੀ ਕਾਂਗਰਸ ਪਾਰਟੀ ਨੂੰ ਆਪਸੀ ਕਲਾ ਮਰਵਾ ਚੁੱਕੀ ਆ। ਕਾਂਗਰਸ ਪਾਰਟੀ ਦੀ ਕਲਾ ਇੰਨੀ ਜ਼ਿਆਦਾ, ਹਰ ਕੋਈ ਜਣਾ ਖਣਾ ਆਪਣੀ ਪਾਰਟੀ ਸਮਝਦਾ ਹੈਗਾ। ਕਾਂਗਰਸ ਪਾਰਟੀ ਦੇ ਹਰਿਆਣਾ ਦੇ ਵਿੱਚ ਵੱਡੇ ਚਿਹਰੇ ਸੀ, ਭਜਨ ਲਾਲ ਪਰਿਵਾਰ ਦਫਾੜ ਹੋਗਾ, ਕੁਲਦੀਪ ਬਿਸ਼ਨੋਈ ਬੀਜੇਪੀ 'ਚ ਚਲ ਗਿਆ, ਬੰਸੀ ਲਾਲ ਦੀ ਨੌਂ ਕਿਰਨ ਚੌਧਰੀ ਜਿਹੜੀ ਕਾਂਗਰਸ ਦੇ ਵਿੱਚ ਮੰਤਰੀ ਰਹੀ ਹੈ, ਉਹ ਵੀ ਬੀਜੇਪੀ ਚਲ ਗਈ, ਉਹ ਰਾਜ ਸਭਾ ਮੈਂਬਰ ਚਲ ਗਈ, ਆਪਣੀ ਕੁੜੀ ਨੇ ਬੀਜੇਪੀ ਸ਼ਾਮਿਲ ਕਰਵਾ ਦਿੱਤੀ।
ਚੌਧਰੀ ਬਰਿੰਦਰ ਸਿੰਘ ਵੱਡਾ ਨਾਮ ਸੀ ਰਿਸ਼ਤੇਦਾਰੀ ਦੇ ਵਿੱਚ, ਫਸਟ ਕਜਨ ਲੱਗਦਾ ਸੀ ਭੁਪਿੰਦਰ ਸਿੰਘ, ਉਹ ਵੀ ਚੁੱਪ ਕਰਕੇ ਬੈਠਾ, ਉਹਦਾ ਮੁੰਡਾ ਵੀ ਇਲੈਕਸ਼ਨ ਕਾਂਗਰਸ ਵੱਲੋਂ ਜਿਹੜੀ ਲੜੀ ਪਰ ਵਾਪਸੀ। ਕੁਮਾਰੀ ਸ਼ੈਲਜਾ ਅੱਜ ਤੱਕ ਕਹਿੰਦੀ ਰਹੀ ਕਿ ਮੁੱਖ ਮੰਤਰੀ ਦਾ ਜਿਹੜਾ ਫੈਸਲਾ ਵਾ ਹੁੱਡਾ ਨੇ ਨਹੀਂ ਕਰਨਾ, ਹਾਈਕਮਾਨ ਕਹਿੰਦਾ। ਮਤਲਬ ਇਹ ਵੱਡੇ ਫੈਕਟਰ ਸੀ ਕਿ ਜਿਹੜੀ ਆਪਸੀ ਜਿਹੜੀ ਕਲਾ ਵਾ ਉਹ ਵੀ ਮਰਵਾ ਗਈ ਹੈਗੀ ਕਿ ਕਾਂਗਰਸ ਪਾਰਟੀ ਇਕੱਠੀ ਨਹੀਂ ਦਿਖੇਗੀ। ਹਾਲਾਂਕਿ ਹਾਈਕਮਾਨ ਨੇ ਇਸ ਵਾਰ ਭੁਪਿੰਦਰ ਸਿੰਘ ਹੁੱਡਾ ਨੂੰ ਖੁੱਲ੍ਹਾ ਖੇਡਣ ਦਾ ਮੌਕਾ ਦਿੱਤਾ, ਲੇਕਿਨ ਖੁੱਲ੍ਹਾ ਖੇਡਦਾ ਤਾਂ ਹੀ ਸਕਦਾ ਜੇ ਤੁਹਾਡੇ ਨਾਲ ਚਾਰ ਖਿਡਾਰੀ ਹੋਰ ਵੀ ਬਰਾਬਰ ਦਾ ਜ਼ੋਰ ਲਾਉਣ। ਤੁਹਾਡੇ ਨਾਲ ਚਾਰ ਜਿਹੜੇ ਬਰਾਬਰ ਦੇ ਖਿਡਾਰੀ ਸੀ, ਕੁਲਦੀਪ ਬਿਸ਼ਨੋਈ ਬੀਜੇਪੀ 'ਚ ਚਲਾ ਗਿਆ, ਕਿਰਨ ਚੌਧਰੀ ਬੀਜੇਪੀ 'ਚ ਚਲੇ ਗਿਆ ਗੀ, ਵਿਨੋਦ ਸ਼ਰਮਾ ਦਾ ਪਰਿਵਾਰ ਪਹਿਲਾਂ ਹੀ ਅੱਡ ਹੋ ਗਿਆ ਸੀ, ਵਰਿੰਦਰ ਸਿੰਘ ਖੁੱਲ੍ਹ ਕੇ ਨਹੀਂ ਆਏਗਾ, ਕੈਪਟਨ ਅਜੇ ਕੁਮਾਰ ਯਾਦਵ ਉਹ ਵੀ ਖੁੱਲ੍ਹ ਕੇ ਨਹੀਂ ਆਏਗਾ। ਅਜਿਹੀ ਸਥਿਤੀ 'ਚ ਕਾਂਗਰਸ ਪਾਰਟੀ ਦਾ ਹਾਲ, ਕੁਮਾਰੀ ਸ਼ੈਲਜਾ ਐਂਡ ਤੱਕ ਵਿਰੋਧ ਕਰਦੀ, ਇਹ ਮੋਟੀ ਵਜ੍ਹਾ ਸੀ ਕਿ ਹਰਿਆਣਾ ਦੇ ਵਿੱਚ ਸਰਕਾਰ ਬਣਦੀ ਬਣਦੀ ਰਹਿ ਗਈ। ਹੁਣ ਜਿੱਥੇ ਕਾਂਗਰਸ ਪਾਰਟੀ ਦਾ ਵੱਡਾ ਨੁਕਸਾਨ ਆਇਆ, ਉੱਥੇ ਭੁਪਿੰਦਰ ਸਿੰਘ ਹੁੱਡਾ ਦੀ ਵੀ ਸਿਆਸਤ ਖਤਮ ਹੋ ਗਈ, ਕਿਉਂਕਿ ਪਿਛਲੀਆਂ 3 ਟਰਮਾਂ ਤੋਂ ਉਹਨੂੰ ਚਿਹਰਾ ਬਣਾਇਆ ਜਾ ਰਿਹਾ ਸੀ। ਤਿੰਨਾਂ ਮੌਕਿਆਂ 'ਤੇ ਉਹ ਜਿਸ ਹਿਸਾਬ ਦੇ ਨਾਲ ਉਹਦੀ ਉਮਰ ਹੈਗੀ ਆ 75 ਦੇ ਆਸ ਪਾਸ ਹੈਗੀ ਆ, ਉਹਦੀ ਸਿਆਸਤ ਖਤਮ ਆ ਗਈ। ਉਹਨੇ ਆਪਣਾ ਮੁੰਡਾ ਪਹਿਲਾਂ ਦਪਿੰਦਰ ਹੁੱਡੇ ਨੂੰ ਫਿੱਟ ਕਰਤਾ ਗਿਆ ਕਿ ਅਗਲੀ ਵਾਗਡੋਰ ਉਹ ਸੰਭਾਲ ਕੇ ਰੱਖੇ। ਕਿਰਨ ਚੌਧਰੀ ਇਸੇ ਕਰਕੇ ਕਹਿੰਦੀ ਕਿ ਕਾਂਗਰਸ ਪਾਰਟੀ ਨਹੀਂ ਆ, ਪਿਓ ਪੁੱਤ ਦੀ ਕਾਂਗਰਸ ਪਾਰਟੀ ਆ। ਜਿੱਥੇ ਹੁੱਡਾ ਦਾ ਸਿਆਸੀ ਤੌਰ 'ਤੇ ਕੈਰੀਅਰ ਖਤਮ ਹੋ ਗਿਆ, ਉੱਥੇ ਹੁਣ ਕਾਂਗਰਸ ਪਾਰਟੀ ਨਵੇਂ ਚਿਹਰੇ ਲੱਭਣੇ ਪੈਣੇ। ਇੱਕ ਵੱਡਾ ਨਾਮ ਸੀ ਰਣਦੀਪ ਸੁਰਜੇਵਾਲਾ, ਉਹ ਦਿੱਲੀ ਸੈਟਲ ਕਰ ਦਿੱਤਾ ਗਿਆ, ਉਹ ਦਿੱਲੀ ਦੀ ਸਿਆਸਤ ਠੀਕ ਹੈ, ਉਹਦਾ ਮੁੰਡਾ ਸੂਬੇ ਦੀ ਪੋਲੀਟਿਕਸ 'ਚ ਆ ਗਿਆ ਔਰ ਜਿੱਤ ਵੀ ਗਿਆ ਹੈਗਾ। ਉਹ ਹੁਣ ਸਭ ਤੋਂ ਵੱਡਾ ਕ੍ਰਾਈਸਿਸ ਇਹ ਹੈਗਾ ਕਿ ਹਰਿਆਣੇ ਦੇ ਵਿੱਚ ਕਾਂਗਰਸ ਸੰਭਾਲੂਗੀ। ਤੀਜਾ ਜਿਹੜਾ ਸਭ ਤੋਂ ਹਰਿਆਣੇ ਵਿੱਚ ਫੈਕਟਰ ਹੈ ਕਿ ਉੱਥੇ ਰੀਜਨਲ ਪਾਰਟੀਆਂ ਖਤਮ ਹੋ ਗਈਆਂ। ਕਿਸੇ ਵੇਲੇ ਇਨੈਲੋ ਬਹੁਤ ਵੱਡੀ ਪਾਰਟੀ ਸੀ, ਚੌਧਰੀ ਦੇਵੀ ਲਾਲ ਉਹਨਾਂ ਨੇ ਸਥਾਪਿਤ ਕੀਤੀ ਹੈਗੀ, ਚੌਧਰੀ ਦੇਵੀ ਲਾਲ ਮੁੱਖ ਮੰਤਰੀ ਨੇ, ਉਹ ਮੁੱਖ ਮੰਤਰੀ ਤੋਂ ਦੇਸ਼ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ, ਫਿਰ ਉਹਨਾਂ ਦੇ ਮੁੰਡਾ ਓਮ ਪ੍ਰਕਾਸ਼ ਚੌਟਾਲਾ ਕਈ ਵਾਰ ਹਰਿਆਣੇ ਦਾ ਮੁੱਖ ਮੰਤਰੀ ਹੈਗਾ, ਓਮ ਪ੍ਰਕਾਸ਼ ਚੌਟਾਲੇ ਦੇ ਦੋ ਮੁੰਡੇ ਅਜੇ ਚੌਟਾਲਾ ਅਭੇ ਚੌਟਾਲਾ, ਪਿਓ ਜਦੋਂ ਪਿਓ ਨੂੰ ਜੇਲ੍ਹ ਹੋ ਜਾਂਦੀ ਆ ਉਹ ਜਿਹੜੀ ਵਿਰਾਸਤ ਸੀ ਉਹ, ਕਿਉਂਕਿ ਪਿਓ ਦੇ ਨਾਲ ਵੱਡੇ ਮੁੰਡੇ ਅਜੇ ਚੌਟਾਲਾ ਨੂੰ ਵੀ ਜੇਲ੍ਹ ਹੋ ਜਾਂਦੀ ਆ, ਅੱਗੇ ਅਭੇ ਚੌਟਾਲਾ ਉਸ ਵਿਰਾਸਤ ਨੂੰ ਲੈ ਕੇ ਨਾਲ ਨਹੀਂ ਚੱਲਿਆ ਹੈਗਾ, ਜਿਸ ਕਰਕੇ ਇੰਡੀਅਨ ਨੈਸ਼ਨਲ ਲੋਕ ਦਲ ਵੀ ਜਾਂ ਪਰਿਵਾਰ ਵੀ ਦੁਫਾੜ ਹੋ ਗਿਆ। ਇੰਡੀਅਨ ਨੈਸ਼ਨਲ ਲੋਕ ਦਲ ਅਭੇ ਚੌਟਾਲਾ ਕੋਲ ਰਹਿ ਗਈ ਅਤੇ ਅਜੇ ਚੌਟਾਲਾ ਦੇ ਜਿਹੜੇ ਮੁੰਡਾ ਦੁਸ਼ੰਤ ਚੌਟਾਲਾ ਉਹਨਾਂ ਨੇ ਆਪਣੀ ਇੱਕ ਵੱਖਰੀ ਪਾਰਟੀ ਬਣਾ ਲਈ, JJP ਪਾਰਟੀ ਬਣਾ ਲਈ, ਖੁਦ ਦਾ ਸੀਟ ਦਾ ਬੁਰਾ ਹਾਲ ਹੋ ਗਿਆ, ਹਾਂ ਜਨ ਨਾਇਕ ਪਾਰਟੀ ਬਣਾ ਲਈ। ਪਿਛਲੀ ਸਰਕਾਰ ਦੇ ਵਿੱਚ ਉਹ ਉਹਨਾਂ ਕੋਲ ਸੱਤਾ ਦੀ ਚਾਬੀ ਸੀ, ਚੋਣ ਨਿਸ਼ਾਨ ਵੀ ਉਹਨਾਂ ਦੀ ਕੁੰਜੀ ਸੀ, ਕੁੰਜੀ ਕਰਕੇ ਉਹ ਉਹਨਾਂ ਨੇ ਸੱਤਾ ਦਾ ਪੂਰਾ ਆਨੰਦ ਮਾਲਿਆ, ਡਿਪਟੀ ਮੁੱਖ ਮੰਤਰੀ ਬਣ ਰਿਹਾ। ਪਰ ਉੱਥੇ ਕਿਸਾਨੀ ਅੰਦੋਲਨ ਆ ਗਿਆ, ਜਿਹੜਾ 13 ਮਹੀਨੇ ਦਿੱਲੀ ਕਿਸਾਨ ਅੰਦੋਲਨ ਚਲਾ ਉਹਦੇ 'ਚ, ਕਿਉਂਕਿ JJP ਵੀ ਜੱਟਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੈਗੀ ਆ, ਪਰ ਜੱਟਾਂ ਨੇ ਇਹਨੂੰ JJP ਨੂੰ ਇਸ ਵਾਰ ਮੂੰਹ ਨਹੀਂ ਲਾਇਆ ਗਿਆ, ਪਿਛਲੀ ਵਾਰ ਲਾਇਆ ਸੀ, ਇਸ ਵਾਰ ਮੂੰਹ ਨਹੀਂ ਲਾਇਆ ਗਿਆ, ਜਿਸ ਕਰਕੇ ਉਹਦੀ ਆਪਣੀ 41,000 ਵੋਟਾਂ ਤੋਂ ਵੱਧ ਫਰਕ ਨਾਲ ਬੁਰੀ ਤਰ੍ਹਾਂ ਮੋਸ਼ੀ ਪਰਿਹਾਰ, ਸ਼ਾਇਦ ਉਹ ਜੇ ਹੁਣ ਅੰਕੜੇ ਜਦੋਂ ਸਹੀ ਹੋਣਗੇ ਸ਼ਾਇਦ ਉਹਦੀ ਜ਼ਮਾਨਤ ਜ਼ਬਤ ਹੋ ਗਈ। ਉੱਥੇ ਹਰਿਆਣੇ ਦੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਵੀ ਖਤਮ ਹੋ ਗਈ, JJP ਵੀ ਖਤਮ ਹੋ ਗਈ, ਮਤਲਬ ਦੋ ਸੂਬਾਈ ਪਾਰਟੀਆਂ, ਖੇਤਰੀ ਪਾਰਟੀਆਂ ਉਹ ਵੀ ਇਸ ਚੋਣ ਦੇ ਵਿੱਚ ਬੁਰੀ ਤਰ੍ਹਾਂ ਖਤਮ ਹੋ ਗਈਆਂ ਗਿਆ। ਇੱਕ ਹਰਿਆਣੇ ਦੇ ਨਾਲ ਨਾਲ ਜਿੱਥੇ ਗੱਲ ਕਰੀਏ, ਆਮ ਆਦਮੀ ਪਾਰਟੀ ਵਾਲਿਆਂ ਨੇ ਬੜੇ ਦਾਅਵੇ ਕੀਤੇ ਸੀ, ਇੱਥੋਂ ਤੱਕ ਕਿਹਾ ਸੀ ਸਾਨੂੰ ਘਟਾ ਕੇ ਨਾ ਵੇਖੋ, ਹੁਣ ਘਟਾ ਕੇ ਵੇਖੀਏ ਜਾਂ ਫਿਰ ਉਹਨਾਂ ਦੇ ਜਿਹੜੇ ਵੋਟਾਂ ਪਈਆਂ ਨੇ, ਜ਼ਮਾਨਤਾਂ ਜ਼ਬਤ ਹੋਈਆਂ ਨੇ, ਕਿਉਂਕਿ ਉਹਨਾਂ ਨੇ ਦਾਅਵੇ ਬੜੇ ਵੱਡੇ ਕੀਤੇ ਪਰ ਰਿਜ਼ਲਟ ਆ ਜਿਹੜੇ ਜ਼ੀਰੋ ਆਏ ਉੱਥੇ। ਦੇਖੋ ਸਭ ਤੋਂ ਵੱਡੀ ਗੱਲ ਇਹ ਤਾਂ ਪੰਜਾਬ ਦੇ ਲੋਕ ਵੀ ਸੋਚਦੇ ਨੇ, ਪੂਰੇ ਇੰਡੀਆ ਦੇ ਲੋਕ ਵੀ ਸੋਚਦੇ ਨੇ ਕਿ ਪੰਜਾਬ ਵਾਲਿਆਂ ਨੇ 92 ਸੀਟਾਂ ਦੇ ਦਿੱਤੀਆਂ, ਹਿਮਾਚਲ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਨੇ ਚੋਣ ਲੜੀ ਅਤੇ ਆਪਣਾ ਬੋਰੀ ਪਤਾ ਵੀ ਉੱਥੇ ਦਾਲ ਨਹੀਂ ਗਲੀ ਹੈਗੀ, ਬੋਰੀ ਬਿਸਤਰਾ ਇਕੱਠਾ ਕੀਤਾ ਅਤੇ ਭੱਜ ਗਏ। ਉੱਤਰਾਖੰਡ ਦੇ ਵਿੱਚ ਚੋਣ ਲੜੀ ਹੈਗੀ, ਬੋਰੀ ਬਿਸਤਰਾ ਇਕੱਠਾ ਕੀਤਾ ਅਤੇ ਭੱਜ ਗਏ। ਰਾਜਸਥਾਨ ਦੇ ਵਿੱਚ
ਕੋਈ ਕਾਮਯਾਬ ਨਹੀਂ ਮਿਲੀ, ਮੱਧ ਪ੍ਰਦੇਸ਼ 'ਚ ਕੋਈ ਕਾਮਯਾਬੀ ਨਹੀਂ ਮਿਲੀ, ਛੱਤੀਸਗੜ੍ਹ ਵਿੱਚ ਕੋਈ ਕਾਮਯਾਬ ਨਹੀਂ। ਆਮ ਆਦਮੀ ਪਾਰਟੀ ਇੱਕ ਆਪਣੇ ਲੀਡਰ ਨੂੰ ਚਾਣਕਿਆ ਮੰਗਦੇ ਕਿ ਆਮ ਆਦਮੀ ਪਾਰਟੀ ਦਾ ਚਾਣਕਿਆ ਵਾ ਡਾਕਟਰ ਸੰਦੀਪ ਪਾਠਕ, ਜਿਹੜੇ ਪੰਜਾਬ ਦੇ ਵਿੱਚ ਬਹੁਤ ਜ਼ੋਰ ਲਾ ਰਹੇ ਨੇ। ਉਹ ਆਪਣੇ ਹਲਕੇ 'ਚੋਂ ਵੀ ਉਹਨਾਂ ਦਾ ਜਿਹੜਾ ਖੜਾ ਕੀਤਾ ਕੈਂਡੀਡੇਟ ਉਹ ਹਾਰ ਗਿਆ ਸੀ, ਹਾਲਾਂਕਿ ਉਹਨਾਂ ਨੇ ਉੱਥੇ ਮੁੱਖ ਮੰਤਰੀ ਬਣਨ ਦਾ ਸੁਪਨਾ ਲਿਆ ਸੀ ਡਾਕਟਰ ਸੰਦੀਪ ਪਾਠਕ ਉਹਨਾਂ ਨੇ। ਹੁਣ ਹਰਿਆਣੇ ਦੇ ਵਿੱਚ ਵੀ ਹਰਿਆਣੇ ਦੇ ਲੋਕਾਂ ਨੇ ਵੀ ਮੂੰਹ ਨਹੀਂ ਲਾਇਆ ਹੈਗਾ, ਇੱਕ ਸੀਟ ਵੀ ਨਹੀਂ ਦਿੱਤੀ, ਮਤਲਬ ਜਮਾਨਤਾਂ ਜ਼ਬਤ ਹੋ ਗਈਆਂ ਆਮ ਆਦਮੀ ਪਾਰਟੀ ਵਾਲਿਆਂ। ਇਹ ਤਾਂ ਪੰਜਾਬ ਦੀ ਜਨਤਾ ਅਤੇ ਲੋਕ ਬੜਾ ਹੱਸਦੇ ਹੋਣੇ ਨੇ ਕਿ ਦੇਖੋ ਦਿੱਲੀ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਅਤੇ ਪੰਜਾਬ ਤੋਂ ਬਾਅਦ ਕਿਸੇ ਨੇ ਵੀ ਵਿਸ਼ਵਾਸ ਨਹੀਂ ਕੀਤਾ, ਸੱਤਾ ਨਹੀਂ ਦਿੱਤੀ। ਹਾਲਾਂਕਿ ਇਹਨਾਂ ਦੇ ਗੋਆ ਦੇ ਵਿੱਚ MLA ਬਣ ਗਏ ਸੀ, ਰਾਜਸਥਾਨ ਦੇ ਵਿੱਚ ਵੀ ਬਣ ਗਏ, ਲੇਕਿਨ ਇੱਕ ਕਿਉਂਕਿ ਹਰਿਆਣਾ ਜਿਹੜਾ ਇੱਕ ਪਾਸੇ ਪੰਜਾਬ ਸੀ ਇੱਕ ਪਾਸੇ ਦਿੱਲੀ ਸੀ, ਵਿਚਕਾਰ ਸੀ, ਔਰ ਦੋਨਾਂ ਹਰਿਆਣੇ ਦੇ ਲੋਕਾਂ ਦੇ ਪੰਜਾਬ 'ਚ ਵੀ ਰਿਸ਼ਤੇਦਾਰੀਆਂ ਨੇ ਅਤੇ ਦਿੱਲੀ ਵੀ ਉਹਨਾਂ ਦੀਆਂ ਰਿਸ਼ਤੇਦਾਰੀਆਂ, ਔਰ ਦਿੱਲੀ ਦੇ ਵਿੱਚ ਉਹਨਾਂ ਦੀ ਹਰਿਆਣੇ ਦੇ ਲੋਕਾਂ ਦੀ ਬਹੁਤ ਜ਼ਿਆਦਾ ਸੈਟਲਮੈਂਟ ਹੈ, ਖਾਸ ਕਰਕੇ NCR ਏਰੀਆ। ਪਰ ਹਰਿਆਣੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ 'ਤੇ ਵਿਸ਼ਵਾਸ ਨਹੀਂ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਬਹੁਤ ਜ਼ਿਆਦਾ ਉੱਥੇ ਜਾ ਕੇ ਜ਼ੋਰ ਲਾਇਆ, ਕੇਜਰੀਵਾਲ ਸਾਹਿਬ ਨੇ ਵੀ ਆ ਕੇ ਬਹੁਤ ਜ਼ਿਆਦਾ ਜ਼ੋਰ ਲਾਇਆ, ਔਰ ਬੇਹੱਦ ਪੈਸਾ ਵੀ ਖਰਚ ਕੀਤਾ ਗਿਆ ਕਿਉਂਕਿ ਰੋਡ ਸ਼ੋਅ 'ਤੇ ਪੈਸਾ ਲੱਗਦਾ, ਰੈਲੀਆਂ 'ਤੇ ਪੈਸਾ ਲੱਗਦਾ, ਚੋਣ ਪ੍ਰਚਾਰ 'ਤੇ ਪੈਸਾ ਲੱਗਦਾ। ਉਹ ਪਤਾ ਨਹੀਂ ਪੈਸਾ ਲੋਕਾਂ ਦਾ ਸੀ ਜਾਂ ਕਿੱਥੋਂ ਆਇਆ ਪੈਸਾ, ਉਹ ਵੀ ਸਿਆਸੀ ਪਾਰਟੀਆਂ ਇੱਦਾਂ ਹੀ ਪੈਸੇ ਪੂਸੇ ਇਕੱਠੇ ਕਰਕੇ ਬੰਦੋਬਸਤ ਕਰਕੇ ਚੋਣ ਪ੍ਰਚਾਰ ਕਰਦੀਆਂ ਅਤੇ ਲੜਦੀਆਂ ਇਲੈਕਸ਼ਨ। ਪਰ ਹਰਿਆਣੇ ਦੇ ਲੋਕਾਂ ਨੇ ਇਸ ਪਾਰਟੀ ਨੂੰ ਨਾ ਤਾਂ ਲੋਕ ਸਭਾ 'ਚ ਮੂੰਹ ਲਾਇਆ, ਉਦੋਂ ਇੰਡੀਆ ਗੱਠਜੋੜ 'ਚ ਹੀ, ਇਸ ਵਾਰ ਗੱਠਜੋੜ ਨਹੀਂ ਸੀ, 90 ਸੀਟਾਂ 'ਤੇ ਲੜੇ ਹੈਗੇ ਨੇ, ਔਰ ਇਹ ਕਾਂਗਰਸ ਪਾਰਟੀ ਨਾਲ ਸੌਦਾ ਵੀ ਕਰਦੇ ਰਹੇ, ਪਹਿਲਾਂ 15 ਸੀਟਾਂ 'ਤੇ, 10 ਸੀਟਾਂ 'ਤੇ, 5 ਸੀਟਾਂ 'ਤੇ, 3 ਸੀਟਾਂ 'ਤੇ ਬਹਿ ਗਏ। ਭੁਪਿੰਦਰ ਸਿੰਘ ਹੁੱਡਾ ਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ ਗਿਆ, ਉਹਨਾਂ ਨੂੰ ਪਤਾ ਕਿ ਇਹਨਾਂ ਦੇ ਪੱਲੇ ਕੁਝ ਨਹੀਂ। ਪਰ ਹੁਣ ਇਹ ਜ਼ਰੂਰ ਕਹਿਣਗੇ ਕਿ ਜੇ ਗੱਠਜੋੜ ਕੀਤਾ ਹੁੰਦਾ ਤਾਂ ਸਾਡੀ ਆਪਣੀ ਸਰਕਾਰ ਬਣ ਜਾਏ, ਇੰਡੀਆ ਗੱਠਜੋੜ ਦੀ ਸਰਕਾਰ ਬਣ ਜਾਏ, ਕਿਉਂਕਿ ਜਿੱਤਣ ਹਾਰ ਤੋਂ ਬਾਅਦ ਬੜੀਆਂ ਕਿਆਸ ਰਹੀਆਂ, ਬੜੇ ਸਵਾਲ ਖੜ੍ਹੇ ਹੁੰਦੇ ਨੇ। ਜੇ ਭੁਪਿੰਦਰ ਸਿੰਘ ਹੁੱਡਾ ਜਿੱਤ ਜਾਂਦਾ ਤਾਂ ਲੋਕਾਂ ਕਹਿੰਦੇ ਕਮਾਲ, ਹੁੱਡਾ ਦੀ ਮੈਨੇਜਮੈਂਟ ਕੰਮ ਆ ਗਈ। ਹੁਣ ਹਾਰ ਗਏ ਤਾਂ ਇਹ ਵੀ ਇੱਕ ਚਰਚਾ ਹੋ ਗਈ ਕਿ ਇੰਡੀਆ ਗੱਠਜੋੜ ਨਹੀਂ ਹੋਇਆ, ਕਿਉਂਕਿ ਐਨਐਲਓ ਦਾ ਅਤੇ ਬਸਪਾ ਦਾ ਗੱਠਜੋੜ ਗਿਆ, JJP ਇਕੱਲੀ ਲੜੀ ਹੈਗੀ। ਹੁਣ ਜੀ ਸਥਿਤੀ ਦੇ ਵਿੱਚ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਇਹੀ ਆ ਕਿ ਤੁਹਾਡਾ ਜਿਹੜਾ ਪੰਜਾਬ ਦੇ ਵਿੱਚ ਹੀ ਆ ਅਤੇ ਦਿੱਲੀ ਦੇ ਵਿੱਚ ਹੋਰ ਕਿਸੇ ਸੂਬੇ ਦੇ ਵਿੱਚ ਆਧਾਰ ਨਹੀਂ ਬਣ ਰਿਹਾ, ਇਹ ਆਮ ਆਦਮੀ ਪਾਰਟੀ ਵਾਸਤੇ ਬਹੁਤ ਝਟਕਾ। ਹਾਲਾਂਕਿ ਅਰਵਿੰਦ ਕੇਜਰੀਵਾਲ ਦੀਆਂ ਹੁਣ ਬਹੁਤੇ ਲੋਕ ਅਪੀਲਾਂ ਜਿਹੜੀਆਂ ਉਹ ਪਸੰਦ ਨਹੀਂ ਕਰਦੇ ਹੈਗੇ। ਲੋਕ ਸਭਾ ਦੇ ਵਿੱਚ ਵੀ ਜਦੋਂ ਸੁਪਰੀਮ ਕੋਰਟ ਨੇ ਚੋਣ ਪ੍ਰਚਾਰ 'ਚ ਹਿੱਸਾ ਕਰਨ ਦਾ ਮੌਕਾ ਦਿੱਤਾ ਤਾਂ ਇਹ ਕਹਿੰਦੇ ਸੀ ਕਿ ਤੁਹਾਡੀ ਇੱਕ ਇੱਕ ਵੋਟ ਤੁਹਾਡੇ ਵੱਲੋਂ ਦੱਬਿਆ ਹੋਇਆ, ਇੱਕ ਇੱਕ ਬਟਨ ਮੈਨੂੰ ਜੇਲ੍ਹ ਜਾਣ ਤੋਂ ਰੋਕ ਲਏਗਾ। ਉਹ ਪੰਜਾਬ 'ਚ ਵੀ ਆ ਕੇ ਕਿਹਾ ਸੀ, ਉਹ ਦਿੱਲੀ ਵਿੱਚ ਕਿਹਾ, ਦਿੱਲੀ ਦੇ ਵਿੱਚ 7 ਦੀਆਂ 7 ਸੀਟਾਂ ਹਾਰ ਗਏ, ਇੱਥੋਂ 13 'ਚੋਂ 10 ਸੀਟਾਂ ਹਾਰ ਗਏ। ਹੁਣ ਹਰਿਆਣੇ ਦੇ ਵਿੱਚ ਵੀ ਉਹਨਾਂ ਅਪੀਲ ਕੀਤੀ ਸੀ ਕਿ ਜੇ ਕਿਤੇ ਮੈਨੂੰ ਪਹਿਲਾਂ ਰਿਹਾ ਕਰ ਦਿੰਦੇ ਹੈਗੇ ਤਾਂ ਮੈਂ ਹਰਿਆਣੇ 'ਚ ਸਰਕਾਰ ਬਣਾ ਦੇਣੀ। ਹੁਣ ਸਭ ਤੋਂ ਵੱਡੀ ਗੱਲ ਕਿ ਅਰਵਿੰਦ ਕੇਜਰੀਵਾਲ ਹਰਿਆਣੇ ਦਾ ਮੁੰਡਾ, ਹਰਿਆਣੇ ਦਾ ਪੁੱਤਰ ਆ, ਹਰਿਆਣੇ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ 'ਤੇ ਵਿਸ਼ਵਾਸ ਨਹੀਂ ਕੀਤਾ ਹੈਗਾ। ਮਤਲਬ ਹਰਿਆਣੇ ਦੇ ਲੋਕਾਂ ਨੇ ਆਪਣੇ ਪੁੱਤ 'ਤੇ ਵਿਸ਼ਵਾਸ ਨਹੀਂ ਕੀਤਾ ਅਤੇ ਪੰਜਾਬ ਦੀ ਜਨਤਾ ਨੇ ਅਰਵਿੰਦ ਕੇਜਰੀਵਾਲ 'ਤੇ ਵਿਸ਼ਵਾਸ ਕੀਤਾ ਹੈਗਾ। ਫਰਕ ਕੀ ਹੈਗਾ? ਫਰਕ ਇਹ ਹੈ ਕਿ ਪੰਜਾਬ ਦੀ ਜਨਤਾ ਜਿਹੜੀ ਆ ਉਹ ਸਿਰਫ ਅਤੇ ਸਿਰਫ ਧੌਂ 'ਚੋਂ ਕਿੱਲਾ ਕੱਢਣ ਜਾਂਦੀ, ਉਹ ਆਪਣੀ ਚੰਗੀ ਸੂਝ ਬੂਝ ਦੀ ਸਿਆਣਪ ਪੇਸ਼ ਨਹੀਂ ਕਰਦੀ। ਉਹ ਅੱਛਾ ਅਕਾਲੀ ਯਾਰ ਕਿ ਅਕਾਲੀਆਂ ਦੀ ਧੌਂ 'ਚੋਂ ਕਿੱਲਾ ਕੱਢਣਾ, ਅੱਛਾ ਕਾਂਗਰਸ ਕਾਂਗਰਸ ਜਾਂ ਧੌਂ 'ਚੋਂ ਕਿੱਲਾ ਕੱਢਣਾ। ਹੁਣ ਲੋਕ ਕਹਿੰਦੇ ਕਹਿੰਦੇ ਆਮ ਆਦਮੀ ਪਾਰਟੀ ਦੀਆਂ MLA ਦੀਆਂ 'ਚ ਵੀ ਧੌਂ 'ਚ ਕਿੱਲਾ ਫਸ ਗਿਆ, ਇਹਨਾਂ ਦੀ ਧੌਂ ਦਾ ਕਿੱਲ ਧੌਂ 'ਚੋਂ ਕਿੱਲਾ ਅਸੀਂ 2027 ਦੇ ਵਿੱਚ ਕੱਢਣਾ। ਪੰਜਾਬ ਦੀ ਜਨਤਾ ਜਾਂ ਪੰਜਾਬੀ ਕਹਿ ਲਓ ਸਿਰਫ ਅਤੇ ਸਿਰਫ ਪੰਜਾਬ ਦਾ ਭਵਿੱਖ ਨਹੀਂ ਦੇਖਦੀਆਂ, ਉਹ ਦੇਖਦੀਆਂ ਕਿ ਇਹਦਾ ਯਾਰ ਕੀ
ਨੱਕ ਭੰਨਣਾ ਹੈਗਾ, ਇਹਨੂੰ ਕੋਡਾ ਕਰਨਾ ਹੈਗਾ, ਇਹਦੀ ਧੌਣ ਚੋਂ ਕਿੱਲਾ ਕੱਢਣਾ ਹੈਗਾ। ਬਸ ਅਸੀਂ ਤਿੰਨ ਚੀਜ਼ਾਂ 'ਤੇ ਪੰਜਾਬੀ ਜਿਹੜੇ ਉਹ ਸੀਮਿਤ ਹੈਗੇ ਨੇ, ਚੌਥੀ ਗੱਲ ਸਾਨੂੰ ਸੁੱਝਦੀ ਨਹੀਂ ਹੈਗੀ। ਬਸ ਅਸੀਂ ਕਹਿਣਗੇ ਇਹਨੂੰ ਐਰ ਕੀ ਬੰਦੇ ਦਾ ਪੁੱਤ ਬਣਾਉਣਾ, ਅਸੀਂ ਬੰਦੇ ਦਾ ਪੁੱਤ ਬਣਾਉਣ ਦੇ ਚੱਕਰ 'ਚ ਆਪਣਾ ਵੀ ਨੁਕਸਾਨ ਕਰਦੇ, ਸੂਬੇ ਦਾ ਨੁਕਸਾਨ ਵੀ ਕਰਦੇ ਹੈਗੇ। ਇਸ ਕਰਕੇ ਇਹ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਾ ਕਿ ਉਹਨਾਂ ਨੂੰ ਹਰਿਆਣੇ ਦੇ ਵਿੱਚ, ਕਿਉਂਕਿ ਪਿਛਲੇ 4-5 ਸਾਲ ਤੋਂ ਟਰਾਈ ਕਰ ਰਹੇ ਸੀ, ਕਿਉਂਕਿ ਅਰਵਿੰਦ ਕੇਜਰੀਵਾਲ ਹਰਿਆਣੇ ਦਾ ਲਾਲ ਕੁਝ ਇੱਦਾਂ ਦਾ ਨਾਅਰਾ ਦਿੱਤਾ, ਹਰਿਆਣੇ ਦਾ ਲਾਲ ਕੁਛ ਇੱਦਾਂ ਦਾ ਨਾਅਰਾ ਦਿੱਤਾ। ਉਸ ਲੋਕਾਂ ਨੇ ਇਸ ਲਾਲ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਲੋਕਾਂ ਨੂੰ ਪਤਾ ਸੀ ਕਿ ਹਰਿਆਣੇ ਦੇ ਤਿੰਨ ਲਾਲ ਸੀ, ਬੰਸੀ ਲਾਲ, ਦੇਵੀ ਲਾਲ ਅਤੇ ਭਜਨ ਲਾਲ। ਉਹ ਤਿੰਨੇ ਹੀ ਖਤਮ ਹੋ ਗਿਆ ਨੇ, ਠੀਕ ਹੈ। ਦੇਵੀ ਲਾਲ ਦਾ ਪਰਿਵਾਰ ਵੀ ਖਤਮ ਹੋ ਗਿਆ, ਬੰਸੀ ਲਾਲ ਦਾ ਪਰਿਵਾਰ ਵੀ ਖਤਮ ਹੋ ਗਿਆ, ਅਤੇ ਭਜਨ ਲਾਲ ਦਾ ਪਰਿਵਾਰ ਵੀ। ਉਹ ਠੀਕ ਹੈ, ਭਜਨ ਲਾਲ ਦਾ ਮੁੰਡਾ ਜਿਹੜਾ ਵੱਡਾ ਵਾ ਚੰਦਰ ਪ੍ਰਕਾਸ਼, ਉਹ ਇੱਥੋਂ ਪੰਚਕੂਲੇ ਤੋਂ ਜਿੱਤ ਗਿਆ, ਅਤੇ ਬੰਸੀ ਲਾਲ ਦੀ ਜਿਹੜੀ ਨੌਂ ਆ ਉਹ ਬੀਜੇਪੀ ਨਾਲ ਮਿਲ ਕੇ ਰਾਜ ਸਭਾ ਮੈਂਬਰ ਬਣ ਗਈ, ਅਤੇ ਉਹਦੀ ਸ਼ਾਇਦ ਕੁੜੀ ਤਸ਼ਾਮ ਤੋਂ ਜਿੱਤ ਗਈ ਹੈਗੀ ਆ। ਹੋਰ ਚੌਥਾ, ਹਰਿਆਣੇ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਲਾਲ ਨਹੀਂ ਸਮਝਿਆ ਗਿਆ, ਲਾਲ ਉਹ ਹੋਈ। ਇਸ ਕਰਕੇ ਹਰਿਆਣੇ 'ਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਮਿਲਿਆ ਹੈਗਾ, ਔਰ ਹੁੱਡਾ ਦੀ ਸਿਆਸਤ ਖਤਮ ਹੋ ਗਈ, ਹਰਿਆਣੇ 'ਚ ਖੇਤਰੀ ਪਾਰਟੀਆਂ ਖਤਮ ਹੋ ਗਈਆਂ, ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਮਿਲਿਆ ਹੈਗਾ।